इमरान खान मैंने 5 किस्तां दित्तियां। अच्छा ठीक है ना, उन्हां नाल मैं अपनी दुकान दा सर्कल वेख लो तुहाडे सामने चलाई बैठा। अच्छा। मैं गोड़ियां तो मजदूर हां, गंठी वाह मैनू सौदे और मैनू हर जुम्मे नू ढाई वेंदन 1100-1200 रुपए दे। इन्हां 40 साल हुकूमत कीती सानू नजर काश नहीं आई, 40 साल दे विच सिवा अवाम नू करदे दी जकड़ तो सिवा काश नजर ही नहीं आई। इहदा राबता डायरेक्ट अवाम नाल रहा है ते सानू मिलदे रहन पैसे, हुण भी सौदे मिलदे करदे, सारा सहारा हो वेंदा है गरीब बंदे नू। साडे घर घ्यो कोई नहीं, जुम्मे तों बाद सारा 1.5 किलो घ्यो यानी कि 1100-1200 सारा सरकार चल वेंदा है। असा हौलो 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 उत्तां आ रहे हैं हुण, ठीक है ना। हुण मैं ढेर सारा उत्तां आया बैठा ए इमरान खान दी हुकूमत दे विच, यानी कि अगे मेरे को हिक नाल ठेका है, मैं बकरियां शकरियां भी रखियां हैं, हुण इस टाइम मेरे को किला ठेका है। यानी कि इतनी हुण जिहड़ी हुकूमत आ गई है, मैनूं तां लगदा ओह जिहड़ी कनाल आई हुण तां ओही शायद ख्याल है ओही शायद चली जावे। ਜੇ ਮੋਟਰਸਾਈਕਲ ਮੈਨੂੰ ਵੇਚਣਾ ਪਵੇ ਜਿਹੜੀ ਪੈਟਰੋਲ ਦੀ ਪੋਜੀਸ਼ਨ ਹੈ, ਬਾਈਸਾਈਕਲ ਤਾਂ ਫਿਰ ਚੱਲਦਾ ਨਹੀਂ। ਪੈਟਰੋਲ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਪੈਟਰੋਲ ਦੇ ਬਾਰੇ ਇਹ ਨਾ ਭਾਈ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ, ਅੱਗੇ ਤਾਂ ਪੈਟਰੋਲ ਵੱਧਦਾ 1-2 ਰੁਪਈਏ, ਹੁਣ ਯਕਦਮ 30-40 ਰੁਪਈਆ ਸਾਡੇ ਹਿਸਾਬ ਤੋਂ ਹੀ ਮਹਿੰਗਾ ਹੋ ਗਿਆ। ਮੈਂ ਮਜ਼ਦੂਰ ਬੰਦਾ, 5 ਬੱਚੇ ਨੇ ਮੇਰੇ, ਇਮਰਾਨ ਖਾਨ ਮੈਨੂੰ 5 ਕਿਸ਼ਤਾਂ ਦਿੱਤੀਆਂ। ਅੱਛਾ ਠੀਕ ਹੈ ਨਾ, ਉਹਨਾਂ ਨਾਲ ਮੈਂ ਆਪਣੀ ਦੁਕਾਨ ਦਾ ਸਰਕਟ ਵੇਖ ਲਓ ਤੁਹਾਡੇ ਸਾਹਮਣੇ ਚਲਾਈ ਬੈਠਾ। ਮੈਂ ਗੋਡਿਆਂ ਤੋਂ ਮਜ਼ਦੂਰ ਹਾਂ, ਗੰਠੀ ਵਾਹ ਮੈਨੂੰ ਸੌਦੇ ਹੋਣ, ਮੈਨੂੰ ਹਰ ਜੁੰਮੇ ਨੂੰ ਢਾਈ ਵੇਂਦਨ 1100-1200 ਰੁਪਏ ਦੇ। ਇਹਨਾਂ 40 ਸਾਲ ਹੁਕੂਮਤ ਕੀਤੀ ਸਾਨੂੰ ਨਜ਼ਰ ਕਾਸ਼ ਨਹੀਂ ਆਈ, 40 ਸਾਲ ਦੇ ਵਿੱਚ ਸਿਵਾ ਆਵਾਮ ਨੂੰ ਕਰਜ਼ੇ ਦੀ ਜੱਕੜ ਤੋਂ ਸਿਵਾ ਕਾਸ਼ ਨਜ਼ਰ ਹੀ ਨਹੀਂ ਆਈ। ਉਸ ਚਲੋ ਕਰਜ਼ਾ ਲਈ ਉਹਦੀ, ਪਰ ਸਾਡੇ ਤਾਂ ਅਪੜਿਆ ਤਾਂ ਹੈ, ਅੱਗੇ ਅਪੜਦਾ ਹੀ ਕੋਈ ਨਾ। ਇਹ ਸ਼ਾਇਦ MPM ਦਿੰਦੇ ਹਨ, ਉਹ ਖਾ ਵੇਂਦੇ ਹੋਣ, ਸਾਡੇ ਤਾਂ ਕਾਸ਼ ਨਾ ਅਪੜਦੀ। ਇਮਰਾਨ ਖਾਨ ਦੀ ਹਕੂਮਤ ਵਿੱਚ ਇਹ ਅੱਲਾ ਦੀ ਮਿਹਰਬਾਨੀ ਹੋਈ ਹੈ, ਪਰ ਸਾਡੇ ਤਾਂ ਕਾਸ਼ ਨਾ ਕਾਸ਼ ਅਪੜਨ ਲੱਗ ਗਈ ਹੈ। ਅਸਾਂ ਹੁਣ ਆਪਣੀ ਪੋਜੀਸ਼ਨ ਮੈਂ ਬੱਚਿਆਂ ਦੀ ਰੋਜ਼ ਦਾ ਸਿਲਸਿਲਾ ਬਣਾਈ ਬੈਠਾ ਤੁਹਾਡੇ ਸਾਹਮਣੇ, ਹੈ ਨਿੱਕੇ ਨਿੱਕੇ ਬਾਲ ਲੈਂਦੇ ਹੋ ਖਲੋਤੇ, ਠੀਕ ਹੈ ਨਾ, ਇਹ ਹੁਣ ਰੋਜ਼ ਹੀ ਕਰਦੇ ਖਲੋਤੇ। ਸਾਨੂੰ ਤਾਂ ਹਕੂਮਤ ਇਮਰਾਨ ਖਾਨ ਦੀ ਅੱਛੀ ਲੱਗਦੀ ਆਈ, ਅਤੇ ਇਹ ਜਿਹੜੀ ਪੈਟਰੋਲ ਦੀ ਪੋਜੀਸ਼ਨ ਹੈ ਜਾਂ ਡੀਜ਼ਲ ਦੀ ਪੋਜੀਸ਼ਨ ਹੈ, ਇਹ ਹੁਣ ਤੁਹਾਡੇ ਸਾਹਮਣੇ ਇਕਦਮ ਇਤਨਾ ਸਾਢੇ ਦਾ। ਅੱਜ ਮੇਰਾ ਚੂਹਾ ਰਕਸ਼ੇ ਦਾ ਮੋਟਰਸਾਈਕਲ ਹੈਗੀ ਹੈ, ਮੰਡੀ 'ਤੇ ਅੱਗੇ ਮੋਟਰਸਾਈਕਲ 'ਤੇ ਵੇਂਦੇ ਆ, ਅਤੇ ਮੋਟਰਸਾਈਕਲ ਸਾਰੀ ਘਰ ਖਿਲਾ ਰਿਹਾ, ਪੈਟਰੋਲ ਮੰਗਾਉਣ ਦੀ ਵਜ੍ਹਾ ਤੋਂ ਬਈ ਮੋਟਰਸਾਈਕਲ ਘਰ 'ਤੇ ਖਿਲਾ ਰਿਹਾ, ਰਕਸ਼ੇ 'ਤੇ ਖਿਲਿਆ। ਮੈਂ ਕਿਹਾ 20-30 ਰੁਪਏ ਦੇ ਚਾਹੁੰਦਾ ਉਹਨੂੰ, ਉਸ ਦਾ ਲਗਾ ਵਾ ਯਾਰ ਮੋਟਰਸਾਈਕਲ ਜੋ ਕਿ ਨਾ ਪੈਸੇ ਪੈਟਰੋਲ ਦੇ ਹਨ ਅਤੇ ਨਾ ਇਹਨੂੰ ਪਵਾਈਦੇ ਆ ਜੋ ਨਿਕਲੋਤਾ। ਤਾਂ ਸਰ ਤੁਹਾਡਾ ਨਹੀਂ ਹੈ ਤਾਂ ਹੁਣ ਤਾਂ ਤਕਰੀਬਨ ਬੜੇ ਪਾਕਿਸਤਾਨੀ ਦਾ ਮਸਲਾ ਬਣ ਚੁੱਕਾ ਕਿ ਪੈਟਰੋਲ ਇਤਨਾ ਮਹਿੰਗਾ ਹੋ ਚੁੱਕਾ ਬੰਦੇ ਪਵਾ ਹੀ ਨਹੀਂ ਸਕਦੇ। ਤਿੰਨ ਬੰਦਾ ਉਹਨੂੰ ਤਾਂ ਪਰਵਾਹ ਨਹੀਂ, ਉਹਨੇ ਇਹਨਾਂ ਨੂੰ ਅਗਲੀ ਹਕੂਮਤਾਂ ਨੂੰ ਕੀ ਪਤਾ ਵੀ ਗੁਰਬਤ ਕੇਸ਼ ਹੈ ਨਾ, ਉਹਨਾਂ ਗੁਰਬਤ ਡਿੱਠੀ ਹੈ ਜਾਂ ਕਾਸ਼ ਡਿੱਠੀ ਹੈ ਉਹਨੂੰ ਪਤਾ ਹੈ, ਨਾ ਉਹਨਾਂ ਗੁਰਬਤ ਡਿੱਠੀ ਹੈ ਨਾ ਉਹਨਾਂ ਨੂੰ ਪਤਾ ਬਿਲਾਵਲ ਨੂੰ ਕੀ ਪਤਾ ਗੁਰਬਤ ਕੇਸ਼ ਹੈ। ਜਿਸ ਲਈ ਇੱਥੇ ਆਵੇਖ ਸੀ ਵੀ ਗੁਰਬਤ ਕੇਸ਼ ਹੈ ਉਹਨੂੰ ਸਮਝ ਆ ਸੀ, ਸਮਝ ਨਹੀਂ ਆਉਂਦੀ ਪਈ। ਯਾਨੀ ਤੁਸੀਂ ਆ ਦਿਓ ਵੀ ਇਮਰਾਨ ਖਾਨ ਦੀ ਹਕੂਮਤ ਹੈ ਜੋ ਉਹਨਾਂ ਨੇ ਤੁਹਾਨੂੰ ਪੈਸੇ ਦਿੱਤੇ, ਤੁਸੀਂ ਆਪਣਾ ਕਾਰੋਬਾਰ ਅੱਜ ਚਲਾ ਰਹੇ ਹੋ, ਮਹਿਸੂਸ ਹੋਇਆ ਭਾਈ ਭਾਵੇਂ ਮਹਿੰਗਾਈ ਵੀ ਹੋਈ ਹੈ ਨਾ, ਲੇਕਿਨ ਕਾਰੋਬਾਰ ਤਾਂ ਸਾਡਾ ਕੋਲ ਰੇੜਿਆ। ਇਮਰਾਨ ਖਾਨ ਦੇ ਦੌਰ ਸਰ ਇਤਨੀ ਮਹਿੰਗਾਈ ਤਾਂ ਨਾ ਹੀ ਆਉਂਦੀ, ਇਮਰਾਨ ਖਾਨ ਨੇ 4.5 ਸਾਲ ਤਕਰੀਬਨ ਹਕੂਮਤ ਕੀਤੀ ਹੈ, ਉਸ ਦੌਰ ਦੌਰਾਨ ਇਤਨਾ ਪੈਟਰੋਲ ਤਾਂ ਨਾ ਮੰਗ ਹੋਇਆ ਸਰ, ਜਿੰਨਾ ਇੱਕ ਹਫ਼ਤੇ ਦੇ ਵਿੱਚ 60 ਰੁਪਏ ਲੀਟਰ ਪੈਟਰੋਲ ਵਧਾ ਛੋੜਿਆ, ਇਤਨਾ ਇਮਰਾਨ ਖਾਨ ਤਾਂ ਪੂਰੇ 4 ਸਾਲ ਹੀ ਨਹੀਂ ਕੀਤਾ। ਅਸਲ ਉਹਦੇ ਵਿੱਚ ਇਹੋ ਚੀਜ਼ ਹੈ ਨਾ ਬਾਈ, ਹੁਣ ਇਹ ਹਰ ਬੰਦੇ ਦੀ ਆਪਣੀਆਂ ਪਾਲਿਸੀਆਂ ਹੁੰਦੀਆਂ ਨਾ, ਦੁਕਾਨ ਮੈਂ ਚਲਾ ਰਿਹਾ ਨਾ, ਮੇਰੀ ਆਪਣੀ ਇੱਕ ਪਾਲਿਸੀ ਦੇ ਤਹਿਤ ਚੱਲ ਰਹੀ ਹੈ। ਮੇਰਾ ਬੱਚਾ ਚਲੇ ਸੀ ਤਾਂ ਸ਼ਾਇਦ ਉਹ ਇਸ ਹਿਸਾਬ ਨਾਲ ਨਾ ਚਲਾ ਸਕਦੀ, ਠੀਕ ਹੈ ਨਾ, ਜਾਂ ਹੁਣ ਤੁਹਾਨੂੰ ਮੈਂ ਬਿਠਾ ਦਿੰਦਾ ਤੁਸੀਂ ਦੁਕਾਨ ਚਲਾ ਲੈ, ਨਹੀਂ ਚੱਲਦੀ ਤੁਹਾਡੇ ਕੋਲ, ਸਮਝਦੇ ਟਾਈਮ ਲੱਗਦਾ, ਇਹ ਤਾਂ ਗੱਲ ਨਹੀਂ ਆ, ਬੰਦਾ ਉਹਨੂੰ ਕੋਈ ਵਕਫਾ ਤਾਂ ਦੇਵੇ, ਕੰਮ ਕੰਮ ਟਾਈਮ ਤਾਂ ਹੋਣਾ ਚਾਹੀਦਾ। ਤੁਸੀਂ ਆਦੋ ਇਹਨਾਂ ਇਮਰਾਨ ਖਾਨ ਨੂੰ ਵਕਫਾ ਨਹੀਂ ਦਿੱਤਾ? ਨਹੀਂ 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 ਕੋਈ ਵਕਫਾ, ਉਹਨਾਂ ਲੱਤ ਭਰ ਛਿੱਕੀ ਰੱਖੀ ਨੂੰ। ਇਸ ਹਕੂਮਤ ਨੂੰ ਵਕਫਾ ਮਿਲਣਾ ਚਾਹੀਦਾ? ਇਸ ਹਕੂਮਤ ਨੂੰ 40 ਸਾਲ ਵਕਫਾ ਮਿਲ ਗਿਆ, ਜਾਂ ਹੋਰ ਵੀ ਮਿਲਣਾ ਚਾਹੀਦਾ? ਤਾਂ ਦੇ ਨਾਲ ਹੀ ਸਾਨੂੰ ਟਾਈਮ ਦੀ ਹਾਲੇ ਤਾਂ 2 ਮਹੀਨੇ, ਕਿਤਨਾ ਟਾਈਮ ਇਹਨਾਂ ਨੂੰ ਚਾਹੀਦਾ ਬਾਜੀ, ਇਸ ਲਈ ਸਾਡਾ ਸਾ ਕਿੱਕਰ ਟੱਗੇ ਖਲੇ ਹੋ ਜਾਏ ਬਾਜੀ, ਇਹ ਮੁਲਕ ਦੀਵਾਲੀ ਉਹ ਵੈਸੇ ਸਾਡਾ, ਸਾਡੇ ਮੁਲਕ ਤਾਂ ਪਹਿਲੇ ਅੱਗੇ ਤਾਂ ਕਰਜ਼ੇ ਨਾਲ ਜਕੜਿਆ ਪਿਆ ਹੈ, ਪਰ ਸੂਦ 'ਤੇ ਮੈਂ ਤਾਂ ਇਹ ਖਬਰਾਂ ਦੇ ਵਿੱਚ ਸੁਣਨਾ ਵੀ ਸੂਦ 'ਤੇ ਪੈਸੇ ਲਏ ਅਤੇ ਇਹ ਹਕੂਮਤ ਸਾਡੀ ਇਮਰਾਨ ਖਾਨ ਦੀ ਕਰਜ਼ੇ ਦੀ ਸੂਦ ਭਰੈਂਦੀ ਹੈ, ਕਰਜ਼ਾ ਤਾਂ ਦੂਰ ਦੀ ਗੱਲ ਹੈ। ਔਰ ਜਿਹੜੇ ਸੂਦ ਤੇ ਪੈਸੇ ਲੈ ਜਾਂਦੇ ਅੱਧੇ ਤਾਂ ਕਰਪਸ਼ਨ ਦੀ ਨਜ਼ਰ ਆਉਂਦੇ ਜਾਂ ਆਪ ਖਾਨੀ ਹਕੂਮਤ ਦੇ ਵਿੱਚ MNA MPA ਤਾਂ ਮੰਡੀ ਆਉਂਦੀ ਆਈ, ਉਸ ਤੋਂ ਅੱਗੇ ਨਾ ਆਈ ਆਉਂਦੀ, ਉਹ ਆਪਣੇ ਰਾਖ ਬੁਤਾਰ ਉਹਲੇ ਪਹਿਲੇ ਠੇਕੇਦਾਰ ਦੇ ਕੇ ਤਾਂ ਫਾਰੇ, ਅਸਾਂ ਉਂਝ ਦੀ ਉਂਝ ਰਹਿ ਵੇਂਦੇ ਹਾਂ।